ਵੀਨਾ ਵਰਮਾ ਦੀ ਕਹਾਣੀ ਜਿਨ੍ਹਾਂ ਦੇ ਖਸਮ ਨਹੀਂ ਹੁੰਦੇ। ਸੁਪਰੀਮ ਕੋਰਟ 'ਚ ਮੁਕੱਦਮਾ ਚੱਲ ਰਿਹਾ ਸੀ ਇੱਕ ਬੱਚੇ ਦੀ ਕਸਟਡੀ ਅਤੇ ਜ਼ਮੀਨ ਦੀ ਵੰਡ ਦਾ। ਬੱਚੇ ਦੀ ਮਾਂ ਅਤੇ ਜ਼ਮੀਨ ਦੀ ਮਾਲਕਣ ਪਰਮੀਤ ਕੌਰ ਜਿਵੇਂ ਪਿਛਲੇ ਕਈ ਸਾਲਾਂ ਤੋਂ ਕਿਸੇ ਅਜਿਹੀ ਅਗਨੀ ਪ੍ਰੀਖਿਆ 'ਚੋਂ ਲੰਘ ਰਹੀ ਸੀ ਜਿਹਦਾ ਕੋਈ ਅੰਤ ਦਿਖਾਈ ਨਹੀਂ ਦੇ ਰਿਹਾ ਸੀ। ਹੇਠਲੀਆਂ ਅਦਾਲਤਾਂ 'ਚ ਮੁਕੱਦਮਾ ਹਾਰਦੀ ਰਹੀ ਸੀ ਉਹ, ਪਰ ਹਰ ਵਾਰੀ ਉੱਚ ਅਦਾਲਤ 'ਚ ਜਾਣ ਕਾਰਨ ਮਾਮਲਾ ਖਤਮ ਨਹੀਂ ਹੋ ਰਿਹਾ ਸੀ, ਸਗੋਂ ਹੋਰ ਲਮਕਦਾ ਜਾ ਰਿਹਾ ਸੀ। ਅਦਾਲਤਾਂ ਦੇ ਗੇੜੇ ਮਾਰਦਿਆਂ ਹੰਭ ਗਈ ਸੀ ਉਹ, ਥੱਕ ਗਈ ਸੀ ਇਕੱਲੀ ਹਾਲਤ ਨਾਲ ਲੜਦੀ। ਬਹੁਤ ਕੋਸ਼ਿਸ਼ਾਂ ਕੀਤੀਆਂ ਕਿ ਕਿਸੇ ਨਾ ਕਿਸੇ ਢੰਗ ਨਾਲ ਇਹ ਕਾਨੂੰਨੀ ਲੜਾਈ ਬੰਦ ਹੋ ਜਾਵੇ, ਪਰ ਨਾ ਤਾਂ ਵਕੀਲ ਹੀ ਇਹ ਚਾਹੁੰਦੇ ਸੀ ਅਤੇ ਨਾ ਹੀ ਵਿਰੋਧੀ ਧਿਰ। ਅਤੇ ਮੁਕੱਦਮੇਬਾਜ਼ੀ 'ਚ ਫਸੀ ਉਹ ਨਾ ਚਾਹ ਕੇ ਵੀ ਮਜਬੂਰੀ ਬਸ ਲੜਦੀ ਜਾ ਰਹੀ ਸੀ। ਬੁਰੀ ਤਰ੍ਹਾਂ ਜ਼ਖਮੀ ਹੋ ਚੁੱਕੀ ਸੀ ਉਹ, ਤਨੋਂ ਵੀ ਮਨੋਂ ਵੀ, ਪਰ ਲੜਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਸੀ ਉਹਦੇ ਕੋਲ। ਆਖਰ ਇਹ ਉਹਦੇ ਇਕਲੌਤੇ ਬੱਚੇ ਦੀ ਜ਼ਿੰਦਗੀ ਦਾ ਸਵਾਲ ਸੀ, ਉਹਦੀ ਇੱਕੋ ਇੱਕ ਆਸ ਔਲਾਦ ਜਿਸ 'ਤੇ ਉਹਦੀ ਜ਼ਿੰਦਗੀ ਖੜ੍ਹੀ ਸੀ। ਫਿਰ ਉਹ ਹਾਰ ਕਿਵੇਂ ਮੰਨ ਲੈਂਦੀ? ਆਪਣੀ ਜਾਨ ਵਾਰ ਕੇ ਵੀ ਆਪਣੇ ਬੱਚੇ ਦੀ ਜ਼ਿੰਦਗੀ ਅਤੇ ਭਵਿੱਖ ਨੂੰ ਬਚਾਉਣਾ ਚਾਹੁੰਦੀ ਸੀ, ਪਰ ਹਾਲਾਤ ਉਹਦੀ ਵਾਹ ਨਹੀਂ ਚੱਲਣ ਦੇ ਰਹੇ ਸੀ। ਉਹਦੇ ਆਪਣੇ ਹੀ ਉਹਦੇ ਦੁਸ਼ਮਣ ਬਣ ਗਏ ਸਨ, ਕੋਈ ਵੀ ਉਹਦੇ ਨਾਲ ਨਹੀਂ ਖੜ੍ਹਾ ਸੀ। ਜਿਵੇਂ ਹਰ ਕੋਈ ਉਹਦੀ ਬਰਬਾਦੀ ਅਤੇ ਵਿਨਾਸ਼ ਦੇਖਣ ਲਈ ਉਤਾਵਲਾ ਸੀ। ਸਾਰੀ ਦੁਨੀਆ ਤੋਂ ਬਗਾਵਤ ਕਰਕੇ ਜਿਹਨੂੰ ਆਪਣਾ ਜਿਗਰੀ ਦੋਸਤ ਸਮਝਿਆ ਸੀ, ਅੱਜ ਉਹੀ ਉਹਦਾ ਜਾਨੀ ਦੁਸ਼ਮਣ ਬਣ ਗਿਆ ਸੀ। ਮੱਥੇ 'ਤੇ ਹੱਥ ਰੱਖ ਕੇ ਉਹ ਸੋਚਾਂ 'ਚ ਡੁੱਬੀ ਰਹਿੰਦੀ ਕਿ ਕਿਹੜੀ ਮਨਹੂਸ ਘੜੀ ਸੀ ਜਦੋਂ ਕਰਮਾ ਉਹਦੀ ਜ਼ਿੰਦਗੀ 'ਚ ਆਇਆ ਸੀ। ਉਹ ਤਾਂ ਬਹੁਤ ਵੱਡੇ ਜ਼ਿਮੀਂਦਾਰਾਂ ਦੀ ਧੀ ਸੀ, ਹਾਲੇ 20 ਸਾਲ ਦੀ ਨਹੀਂ ਸੀ ਹੋਈ ਕਿ ਉਹਦਾ ਵਿਆਹ ਲਾਗਲੇ ਪਿੰਡ ਦੇ ਇੱਕ ਬਹੁਤ ਅਮੀਰ ਘਰਾਣੇ 'ਚ ਹੋ ਗਿਆ ਸੀ। ਉਹਦਾ ਪਤੀ ਮਲਕੀਤ ਸਿੰਘ ਸਿਰਫ 22 ਸਾਲਾਂ ਦਾ ਸੀ। ਆਪਣੇ ਮਾਪਿਆਂ ਦਾ ਇਕੱਲਾ ਪੁੱਤਰ ਸੀ ਉਹ, ਕਰੋੜਾਂ ਦੀ ਜ਼ਮੀਨ ਜਾਇਦਾਦ ਦਾ ਇਕੱਲਾ ਵਾਰਸ। ਇੰਨੇ ਵੱਡੇ ਘਰ 'ਚ ਰਿਸ਼ਤਾ ਜੁੜਨ ਨਾਲ ਪਰਮੀਤ ਦੇ ਪੇਕੇ ਆਪਣੇ ਆਪ 'ਤੇ ਮਾਣ ਮਹਿਸੂਸ ਕਰ ਰਹੇ ਸਨ ਅਤੇ ਉਹ ਖੁਦ ਵੀ ਖੁਸ਼ੀ 'ਚ ਫੁੱਲੀ ਨਹੀਂ ਸਮਾ ਰਹੀ ਸੀ। ਮਲਕੀਤ ਜਿੱਥੇ ਰੱਜ ਕੇ ਸੋਹਣਾ ਸੁਨੱਖਾ ਸੀ, ਉੱਥੇ ਸੁਭਾਅ ਦਾ ਵੀ ਬਹੁਤ ਚੰਗਾ ਸੀ। ਪਰਮੀਤ ਨੂੰ ਬਹੁਤ ਪਿਆਰ ਕਰਦਾ ਸੀ ਉਹ, ਪਿਆਰ ਨਾਲ ਉਹਨੂੰ ਪਰੀ ਸੱਦਦਾ ਸੀ ਅਤੇ ਸੱਚਮੁੱਚ ਹੀ ਉਹ ਪਰੀਆਂ ਵਰਗੀ ਤਾਂ ਸੀ। ਗੋਰੀ, ਚਿੱਟੀ, ਉੱਚੀ, ਲੰਮੀ, ਖੂਬਸੂਰਤ ਮੁਟਿਆਰ ਜਿਸ ਤੋਂ ਜਵਾਨੀ ਦਾ ਬੋਝ ਚੁੱਕਿਆ ਨਹੀਂ ਜਾ ਰਿਹਾ ਸੀ। ਬੜੀ ਸ਼ਰਮੀਲੇ ਸੁਭਾਅ ਦੀ ਕੁੜੀ ਸੀ ਉਹ, ਹਰ ਵੇਲੇ ਅੱਖਾਂ ਝੁਕਾ ਕੇ ਰੱਖਦੀ, ਪਲਕਾਂ ਦੀਆਂ ਲੰਮੀਆਂ ਝਾਲਰਾਂ ਜਿਵੇਂ ਉਹਦੇ ਨੈਣਾਂ 'ਚੋਂ ਡੁੱਲ ਡੁੱਲ ਪੈਂਦੀ ਸ਼ਰਮ, ਅਤੇ ਹਰ ਸਮੇਂ ਪਰਦਾ ਪਾਈ ਰੱਖਦੀਆਂ। 10ਵੀਂ ਜਮਾਤ ਪਾਸ ਕਰਨ ਪਿੱਛੋਂ ਉਹਦੇ ਮਾਪਿਆਂ ਨੇ ਉਹਨੂੰ ਪੜ੍ਹਨੋਂ ਹਟਾ ਲਿਆ ਸੀ ਕਿ ਹੁਣ ਉਹ ਵਿਆਹੁਣ ਜੋਗੀ ਹੋ ਗਈ ਸੀ। ਪਰਮੀਤ ਨੇ ਵੀ ਆਪਣੇ ਮਾਪਿਆਂ ਦੀ ਇੱਛਾ 'ਤੇ ਫੁੱਲ ਚੜ੍ਹਾਏ ਸਨ। ਉਹ ਘਰ ਬੈਠ ਕੇ ਕੁੜੀਆਂ ਵਾਲੇ ਉਹ ਗੁਣ ਸਿੱਖਣ ਲੱਗੀ ਜਿਨ੍ਹਾਂ ਦੀ ਸਹੁਰੇ ਘਰ ਜਾ ਕੇ ਲੋੜ ਪੈਂਦੀ ਹੈ। ਫਿਰ ਛੇਤੀ ਉਹਦੇ ਲਈ ਮਲਕੀਤ ਦਾ ਰਿਸ਼ਤਾ ਆ ਗਿਆ ਸੀ। ਦੋਵੇਂ ਪਰਿਵਾਰਾਂ ਵੱਲੋਂ ਬੜੀ ਧੂਮਧਾਮ ਨਾਲ ਵਿਆਹ ਕੀਤਾ ਗਿਆ ਸੀ। ਪਰਮੀਤ ਜਿਵੇਂ ਕਿਸੇ ਸੁਪਨੇ 'ਚ ਵਿਚਰ ਰਹੀ ਸੀ। ਉਹਨੂੰ ਖੁਦ ਨੂੰ ਯਕੀਨ ਨਹੀਂ ਆ ਰਿਹਾ ਸੀ ਕਿ ਉਹਦੀ ਕਿਸਮਤ ਇੰਨੀ ਚੰਗੀ ਸੀ। ਸਹੁਰੇ ਘਰ 'ਚ ਉਹਨੂੰ ਪੂਰਾ ਮਾਣ ਸਤਿਕਾਰ ਮਿਲਿਆ। ਉਹਦਾ ਸਹੁਰਾ ਦਿਲਬਾਗ ਸਿੰਘ ਫੌਜ ਤੋਂ ਰਿਟਾਇਰਡ ਹੋਇਆ ਕਰਨਲ ਸੀ। ਨੌਕਰੀ ਖਤਮ ਹੋਣ ਪਿੱਛੋਂ ਦਿਲਬਾਗ ਸਿੰਘ ਨੇ ਪਿੰਡੋਂ ਬਾਹਰ ਇੱਕ ਬਹੁਤ ਵੱਡੀ ਕੋਠੀ ਪਾ ਲਈ ਸੀ। ਘਰ 'ਚ ਨੌਕਰਾਂ ਚਾਕਰਾਂ ਦੀ ਕੋਈ ਕਮੀ ਨਹੀਂ ਸੀ। ਕਈ ਸਾਲ ਪਰਿਵਾਰ ਤੋਂ ਦੂਰ ਰਹਿਣ ਪਿੱਛੋਂ ਦਿਲਬਾਗ ਸਿੰਘ ਹੁਣ ਪੂਰਾ ਸਮਾਂ ਆਪਣੇ ਸਕੇ ਸੰਬੰਧੀਆਂ ਨਾਲ ਬਿਤਾਉਣਾ ਚਾਹੁੰਦਾ ਸੀ। ਉਹਦੀ ਪਤਨੀ ਸਤਨਾਮ ਕੌਰ ਵੀ ਉਹਦੇ ਹਰ ਫੈਸਲੇ ਨੂੰ ਸਿਰ ਮੱਥੇ ਲੈਂਦੀ ਸੀ। ਦੋਵਾਂ ਦੀ ਇੱਕੋ ਔਲਾਦ ਸੀ ਮਲਕੀਤ ਸਿੰਘ, ਜੋ ਉਹਨਾਂ ਦੀਆਂ ਅੱਖਾਂ ਦਾ ਤਾਰਾ ਸੀ। ਮਲਕੀਤ ਦਾ ਵਿਆਹ ਛੇਤੀ ਕਰਕੇ ਉਹ ਆਪਣਾ ਵੰਸ਼ ਅੱਗੇ ਵੱਧਦਾ ਵੇਖਣਾ ਚਾਹੁੰਦੇ ਸੀ।
ਪਰਮੀਤ ਵਰਗੀ ਸੋਹਣੀ ਅਤੇ ਸੁੱਘੜ ਸਿਆਣੀ ਨੂੰਹ ਪਾ ਕੇ ਉਹ ਧੰਨ ਧੰਨ ਹੋ ਗਏ ਸੀ। ਸਾਰੇ ਪਾਸੇ ਖੁਸ਼ੀਆਂ ਦਾ ਡੇਰਾ ਸੀ। ਪਰਮੀਤ ਅਤੇ ਮਲਕੀਤ ਇੱਕ ਦਿਨ ਵੀ ਇੱਕ ਦੂਜੇ ਤੋਂ ਅਲੱਗ ਨਹੀਂ ਹੋਏ ਸੀ। ਜੇ ਪਰਮੀਤ ਨੇ ਪੇਕੇ ਜਾਣਾ ਹੁੰਦਾ ਤਾਂ ਮਲਕੀਤ ਉਹਨੂੰ ਆਪਣੀ ਜੀਪ 'ਚ ਬਿਠਾ ਕੇ ਮਿਲਾ ਲਿਆਉਂਦਾ, ਪਰ ਇੱਕ ਰਾਤ ਲਈ ਵੀ ਉੱਥੇ ਨਾ ਛੱਡਦਾ। ਉਹ ਖੁਦ ਵੀ ਉਹ ਤੋਂ ਇੱਕ ਪਲ ਦੂਰ ਨਹੀਂ ਰਹਿਣਾ ਚਾਹੁੰਦੀ ਸੀ। ਜ਼ਿੰਦਗੀ ਜਿਵੇਂ ਕਿਸੇ ਖੂਬਸੂਰਤ ਖਾਬ ਵਾਂਗ ਲੰਘ ਰਹੀ ਸੀ, ਪਰ ਸ਼ਾਇਦ ਕਿਸਮਤ ਨੂੰ ਇਸ ਪਰਿਵਾਰ ਦੀ ਖੁਸ਼ੀ ਬਹੁਤੀ ਦੇਰ ਮਨਜ਼ੂਰ ਨਹੀਂ ਹੋਈ। ਉਹਨਾਂ ਦੇ ਵਿਆਹ ਨੂੰ ਹਾਲੇ ਪੂਰਾ ਸਾਲ ਵੀ ਨਹੀਂ ਹੋਇਆ ਸੀ ਕਿ ਮਲਕੀਤ ਦੀ ਇੱਕ ਕਾਰ ਹਾਦਸੇ 'ਚ ਮੌਤ ਹੋ ਗਈ। ਉਹ ਸ਼ਹਿਰ ਕਿਸੇ ਕੰਮ ਗਿਆ ਸੀ। ਵਾਪਸੀ 'ਤੇ ਹਨੇਰੇ 'ਚ ਉਹਦੀ ਕਾਰ ਇੱਕ ਟਰੱਕ ਨਾਲ ਜਾ ਟਕਰਾਈ। ਹਸਪਤਾਲ 'ਚ ਮਰਨ ਕੰਢੇ ਪਏ ਮਲਕੀਤ ਨੂੰ ਦੇਖਣ ਲਈ ਪੂਰਾ ਪਿੰਡ ਹੀ ਭੱਜ ਲਿਆ ਸੀ। ਲਹੂ ਲੁਹਾਣ ਹੋਏ ਮਲਕੀਤ ਦੇ ਸਿਰ 'ਚ ਗੰਭੀਰ ਸੱਟਾਂ ਲੱਗੀਆਂ ਸੀ। ਪਰਮੀਤ ਆਪਣੇ ਪਤੀ ਦੀ ਇਹ ਹਾਲਤ ਵੇਖ ਕੇ ਬੇਹੋਸ਼ ਹੋ ਗਈ ਸੀ। ਹੋਸ਼ ਆਇਆ ਤਾਂ ਉਹਨੂੰ ਮਲਕੀਤ ਕੋਲ ਲਿਜਾਇਆ ਗਿਆ, ਜੋ ਉਸ ਨਾਲ ਗੱਲ ਕਰਨੀ ਚਾਹੁੰਦਾ ਸੀ। ਪਰ ਇਹ ਮੈਂ ਜਾ ਰਿਹਾ, ਮੇਰੇ ਜਾਣ ਪਿੱਛੋਂ ਮੇਰੇ ਮਾਂ ਪਿਓ ਦਾ ਧਿਆਨ ਰੱਖੀ, ਉਹਨਾਂ ਨੂੰ ਇਕੱਲੇ ਨਾ ਛੱਡੀ, ਆਪਣੀ ਜ਼ਮੀਨ ਦਾ ਖਿਆਲ ਰੱਖੀ, ਸ਼ਰੀਕਾਂ ਦੇ ਹੱਥ ਨਾ ਲੱਗੇ, ਦੇਖੀ ਆਪਣਾ ਧਿਆਨ ਰੱਖੀ। ਮਲਕੀਤ ਦਾ ਸਾਹ ਟੁੱਟਦਾ ਜਾ ਰਿਹਾ ਸੀ। ਨਹੀਂ ਨਹੀਂ, ਇੱਦਾਂ ਨਾ ਕਹੋ, ਰੱਬ ਦੇ ਵਾਸਤੇ ਮੈਂ ਤੁਹਾਡੇ ਬਗੈਰ ਜੀ ਨਹੀਂ ਸਕਾਂਗੀ। ਪਰਮੀਤ ਨੇ ਡਡਿਆ ਕੇ ਉਹਦੀ ਛਾਤੀ 'ਤੇ ਸਿਰ ਰੱਖਿਆ। ਬਸ ਆਪਣਾ ਸਾਥ ਇੰਨਾ ਹੀ ਸੀ। ਮੈਨੂੰ ਮਾਫ਼ ਕਰੀ, ਮੈਂ ਤੇਰੇ ਨਾਲ ਪੂਰੀ ਜ਼ਿੰਦਗੀ ਨਹੀਂ ਬਿਤਾ ਸਕਿਆ, ਪਰ ਤੂੰ ਮੇਰੇ ਮਾਂ ਬਾਪ ਦੀ ਸੇਵਾ ਕਰੀ, ਉਹ ਇਕੱਲੇ ਰਹਿ ਜਾਣਗੇ। ਮਲਕੀਤ ਗੱਲ ਕਰਦਾ ਬੜਾ ਔਖਾ ਹੋ ਰਿਹਾ ਸੀ। ਤੁਸੀਂ ਠੀਕ ਹੋ ਜਾਓਗੇ, ਰੱਬ ਮੇਰੀ ਜ਼ਿੰਦਗੀ ਵੀ ਤੁਹਾਨੂੰ ਲਗਾ ਦੇਵੇ। ਤੂੰ ਪਤੀ ਨੂੰ ਹੌਸਲਾ ਦੇ ਰਹੀ ਸੀ, ਮੈਨੂੰ ਵਚਨ ਦੇ ਪਰੀਏ ਕਿ ਤੂੰ ਮੇਰੇ ਬਜ਼ੁਰਗ ਮਾਪਿਆਂ ਨੂੰ ਸਾਂਭੇਂਗੀ। ਮਲਕੀਤ ਨੇ ਉਹਦਾ ਹੱਥ ਫੜਿਆ, ਮੈਂ ਵਚਨ ਦਿੰਦੀ ਹਾਂ। ਗੱਲ ਹਲੇ ਪਰਮੀਤ ਦੇ ਮੂੰਹ 'ਚ ਹੀ ਸੀ ਕਿ ਮਲਕੀਤ ਦੇ ਪ੍ਰਾਣ ਨਿਕਲ ਗਏ। ਚਾਰੇ ਪਾਸੇ ਕੋਹਰਾਮ ਮੱਚ ਗਿਆ। ਮਲਕੀਤ ਦੇ ਮਾਪੇ ਕੰਧਾਂ 'ਚ ਟੱਕਰਾਂ ਮਾਰਨ ਲੱਗੇ। ਪਰਮੀਤ ਮੁੜ ਬੇਹੋਸ਼ ਹੋ ਗਈ। ਸਾਰਾ ਪਿੰਡ ਸੋਗ 'ਚ ਡੁੱਬ ਗਿਆ। 3 ਦਿਨ ਪੂਰੇ ਪਿੰਡ 'ਚ ਕਿਸੇ ਨੇ ਚੁੱਲ੍ਹਾ ਨਹੀਂ ਜਲਾਇਆ। ਹਰ ਕੋਈ ਰੱਬ ਦੇ ਕਹਿਰ 'ਤੇ ਹੈਰਾਨ ਸੀ। ਇੰਨੀ ਜਵਾਨ ਮੌਤ, ਉਹ ਵੀ ਪਿੰਡ ਦੇ ਇੱਕ ਅਜਿਹੇ ਮੁੱਖ ਘਰਾਣੇ 'ਚ ਜਿਹਨੂੰ ਬੜੇ ਆਦਰ ਨਾਲ ਦੇਖਿਆ ਜਾਂਦਾ ਸੀ। ਮਲਕੀਤ ਦੀ ਅਚਾਨਕ ਹੋਈ ਦਰਦਨਾਕ ਮੌਤ ਪਿੱਛੋਂ ਜਿਵੇਂ ਸਾਰਾ ਘਰ ਦਰਦ 'ਚ ਡੁੱਬ ਗਿਆ ਸੀ। ਉਹਨਾਂ ਦੇ ਘਰ ਨੂੰ ਜਿਵੇਂ ਕਿਸੇ ਦੀ ਪੱਥਰ ਪਾੜ ਨਜ਼ਰ ਲੱਗ ਗਈ ਸੀ। ਰਿਸ਼ਤੇਦਾਰ ਅਤੇ ਲੋਕ ਮੁਕਾਣੀ ਆ ਕੇ ਮੁੜ ਗਏ ਸਨ। ਪਿੱਛੇ ਰਹਿ ਗਏ ਸਨ ਪਰਮੀਤ ਅਤੇ ਉਹਦੀ ਸੱਸ ਅਤੇ ਸਹੁਰਾ, ਜਿਨ੍ਹਾਂ ਕੋਲ ਮਲਕੀਤ ਨੂੰ ਯਾਦ ਕਰਕੇ ਰੋਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਸੀ। ਉਹਨਾਂ ਦੇ ਆਸੇ ਪਾਸੇ ਹੋਰ ਕੀ ਵਾਪਰ ਰਿਹਾ ਸੀ, ਉਹਨਾਂ ਨੂੰ ਇਹਦੀ ਕੋਈ ਸੁੱਧ ਬੁੱਧ ਨਹੀਂ ਸੀ। ਖੇਤੀਬਾੜੀ ਉੱਜੜ ਰਹੀ ਸੀ। ਘਰ 'ਚ ਖੜ੍ਹਾ ਟਰੈਕਟਰ ਜਿਹਨੂੰ ਮਲਕੀਤ ਚਲਾਉਂਦਾ ਸੀ, ਕਿਸੇ ਅਜਿਹੇ ਘੋੜੇ ਵਾਂਗ ਉਦਾਸ ਖੜ੍ਹਾ ਸੀ ਜਿਹਦਾ ਸਵਾਰ ਮਰ ਗਿਆ ਹੋਵੇ। ਮਲਕੀਤ ਦੀ ਜੀਪ ਨੂੰ ਮੁੜ ਕਦੇ ਕਿਸੇ ਨੇ ਹੱਥ ਨਹੀਂ ਲਗਾਇਆ। ਉਹਦੇ ਨਾਲ ਜੁੜੀ ਹਰ ਚੀਜ਼ ਨੂੰ ਉਹਦੀ ਖਾਸ ਨਿਸ਼ਾਨੀ ਸਮਝ ਕੇ ਰੱਖਿਆ ਜਾ ਰਿਹਾ ਸੀ। ਕਿਸੇ ਦਾ ਹੌਸਲਾ ਹੀ ਨਹੀਂ ਸੀ ਪੈਂਦਾ ਉਹ ਮਲਕੀਤ ਦੀ ਕਿਸੇ ਵੀ ਚੀਜ਼ ਨੂੰ ਛੋਵੇ। ਹਰ ਪਾਸੇ ਗਮਾਂ ਅਤੇ ਉਦਾਸੀਆਂ ਦਾ ਸਮੁੰਦਰ ਫੈਲਿਆ ਸੀ ਜਿਹਦਾ ਕੋਈ ਸਿਰਾ ਨਜ਼ਰ ਨਹੀਂ ਸੀ ਆ ਰਿਹਾ। ਆਪਣੇ ਜਵਾਨ ਪੁੱਤਰ ਦੀ ਮੌਤ ਪਿੱਛੋਂ ਦਿਲਬਾਗ ਸਿੰਘ ਦਾ ਦਿਲ ਬੁਰੀ ਤਰ੍ਹਾਂ ਟੁੱਟ ਗਿਆ ਸੀ। ਖਾਣਾ ਪੀਣਾ ਛੱਡ ਗਿਆ ਸੀ। ਉੱਥੇ ਹਰ ਵੇਲੇ ਮੰਜੇ 'ਤੇ ਪਿਆ ਮਲਕੀਤ ਸਿੰਘ ਦਾ ਦੀ ਕੰਧ 'ਤੇ ਲੱਗੀ ਤਸਵੀਰ ਵੱਲ ਵੇਖਦਾ ਰਹਿੰਦਾ ਸੀ। ਰਿਸ਼ਤੇਦਾਰਾਂ ਨੇ ਬਹੁਤ ਸਮਝਾਇਆ, ਹੌਸਲਾ ਦਿੱਤਾ, ਪਰ ਉਹਦਾ ਦਿਲ ਮੁੜ ਖੜ੍ਹਾ ਨਾ ਹੋਇਆ। ਹੌਲੀ ਹੌਲੀ ਮੰਜੇ ਨਾਲ ਲੱਗ ਗਿਆ। ਉਹਦੀ ਪਤਨੀ ਸਤਨਾਮ ਕੌਰ ਤੋਂ ਵੀ ਪੁੱਤ ਦਾ ਗਮ ਸਿਆ ਨਾ ਗਿਆ। ਹਰ ਵੇਲੇ ਰੋਂਦੀ ਰਹਿੰਦੀ, ਛਾਤੀ ਪਿੱਟ ਪਿੱਟ ਕੇ ਉਹਦਾ ਬੁਰਾ ਹਾਲ ਹੋ ਗਿਆ ਸੀ। ਆਪਣੇ ਪੁੱਤ ਨੂੰ ਯਾਦ ਕਰਕੇ ਉਹ ਹਰ ਦਮ ਕੀਰਨੇ ਪਾ ਕੇ ਉੱਚੀ ਉੱਚੀ ਰੋਂਦੀ। ਪਰਮੀਤ ਕਦੇ ਆਪਣੀ ਸੱਸ ਨੂੰ ਸੰਭਾਲਦੀ, ਕਦੇ ਸਹੁਰੇ ਨੂੰ, ਪਰ ਉਹਨੂੰ ਸੰਭਾਲਣ ਵਾਲਾ ਕੋਈ ਨਹੀਂ ਸੀ। ਉਹ ਅੰਦਰ ਵੜ ਕੇ ਭੋਬਾ ਮਾਰ ਕੇ ਰੋਂਦੀ, ਆਪਣੇ ਹੰਝੂ ਆਪ ਹੀ ਪੂੰਝਦੀ।
ਉਹਨੂੰ ਦਿਲਾਸਾ ਦੇਣ ਵਾਲਾ ਕੋਈ ਨਹੀਂ ਸੀ ਅਤੇ ਨਾ ਹੀ ਉਹਦੇ ਹੰਝੂ ਪੂੰਝਣ ਵਾਲਾ। ਜ਼ਿੰਦਗੀ ਨੇ ਜੋ ਅੱਤਿਆਚਾਰ ਉਸ 'ਤੇ ਕੀਤਾ ਸੀ, ਇਹਦਾ ਗਿਲਾ ਸ਼ਿਕਵਾ ਉਹ ਕਿਸ ਕੋਲ ਕਰਦੇ? ਉਹਦੇ ਮਾਪੇ ਅਤੇ ਭਰਾ ਉਹਨੂੰ ਮਿਲਣ ਆਉਂਦੇ, ਫੋਕੀਆਂ ਤਸੱਲੀਆਂ ਦੇ ਕੇ ਚਲੇ ਜਾਂਦੇ ਕਿ ਉਹ ਤਕੜੀ ਹੋ ਕੇ ਰਹੇ, ਰੱਬ ਦਾ ਭਾਣਾ ਮੰਨੇ, ਆਪਣੇ ਸੱਸ ਸਹੁਰੇ ਦੀ ਸੇਵਾ ਕਰੇ। ਬਸ ਇਹੀ ਉਹਦੇ ਭਾਗਾਂ 'ਚ ਲਿਖਿਆ ਸੀ। ਮਲਕੀਤ ਦੀ ਛਿਮਾਈ ਅਤੇ ਰਿਸ਼ਤੇਦਾਰ ਇਕੱਠੇ ਹੋਏ, ਪਰਮੀਤ ਦੇ ਪੇਕਿਆਂ 'ਚੋਂ ਕਿਸੇ ਨੇ ਦਬੀ ਜ਼ਬਾਨ 'ਚ ਉਹਦੇ ਦੂਜੇ ਵਿਆਹ ਦੀ ਗੱਲ ਛੇੜੀ। ਆ ਕੁੜੀ 'ਤੇ ਤਰਸ ਖਾਓ ਭਾਈ, ਜਾਣ ਵਾਲਾ ਤਾਂ ਚਲਾ ਗਿਆ ਪਰ ਵਿਚਾਰੀ ਇਹ ਬਦਨਸੀਬ ਆਪਣੀ ਉਮਰ ਕਿਵੇਂ ਕੱਢੂ? ਇਹਦਾ ਕੋਈ ਹੀਲਾ ਵਸੀਲਾ ਕਰੋ, ਰਿਸ਼ਤੇਦਾਰ ਨੇ ਹਮਦਰਦੀ ਨਾਲ ਕਿਹਾ। ਦਿਲਬਾਗ ਸਿੰਘ ਜੋ ਮੌਤ ਦੀ ਪੁੱਤ ਦੀ ਮੌਤ ਪਿੱਛੋਂ ਬੋਲਣਾ ਛੱਡ ਗਿਆ ਸੀ, ਅਚਾਨਕ ਸ਼ੇਰ ਵਾਂਗ ਦਹਾੜਿਆ, ਓਏ ਸ਼ਰਮ ਕਰੋ ਕੰਜਰੋ, ਤੁਸੀਂ ਮੇਰੇ ਪੁੱਤ ਦੀ ਛਮਾਈ 'ਤੇ ਆਏ ਹੋ ਕਿ ਆਪਣੀ ਧੀ ਦਾ ਡੋਲਾ ਤੋਰਨ? ਅਸੀਂ ਮਰ ਗਏ ਜੋ ਤੁਸੀਂ ਸਾਡੀ ਨੂੰਹ ਦਾ ਦੂਰੀ ਵਾਰੀ ਵਿਆਹ ਕਰਨ ਦੀਆਂ ਸਕੀਮਾਂ ਬਣਾ ਰਹੇ ਹੋ, ਸਾਡੇ ਘਰ 'ਚ ਕੀ ਕਮੀ ਹੈ? ਦਿਲਬਾਗ ਸਿੰਘ ਗਰਜਿਆ। ਕਰਨਲ ਸਾਹਿਬ ਤੁਸੀਂ ਗੁੱਸਾ ਨਾ ਕਰੋ, ਅਸੀਂ ਤਾਂ ਸਾਂਝੀ ਜੀ ਗੱਲ ਕੀਤੀ ਸੀ ਵੀ ਚੱਲ ਕੁੜੀ ਕਿਸੇ ਟਿਕਾਣੇ ਲੱਗ ਜੂ, ਹਾਲੇ ਨਿਆਣੀ ਉਮਰ ਹੈ, ਕਿਵੇਂ ਰੰਡੇਪਾ ਕੱਟੂਗੀ ਇਕੱਲੀ? ਤੁਹਾਡੇ ਲਈ ਵੀ ਬੋਝ ਹੀ ਹੈ ਇਹ। ਰਿਸ਼ਤੇਦਾਰ ਨੇ ਹੱਥ ਜੋੜ ਕੇ ਗੱਲ ਠੰਡੀ ਕਰਨੀ ਚਾਹੀ, ਨਹੀਂ ਇਹ ਕਦੇ ਨਹੀਂ ਹੋ ਸਕਦਾ, ਮੇਰੀ ਨੂੰਹ ਮੇਰੇ ਘਰ ਦੀ ਇੱਜ਼ਤ ਹੈ, ਸਭ ਕਾਸੇ ਦੀ ਮਾਲਕ ਹੈ ਇਹ। ਤੀਵੀਂ ਦਾ ਦੂਜਾ ਵਿਆਹ ਇਸ ਲਈ ਕੀਤਾ ਜਾਂਦਾ ਹੈ ਕਿ ਪਤੀ ਦੇ ਮਰਨ ਪਿੱਛੋਂ ਉਹਨੂੰ ਸਹਾਰਾ ਮਿਲ ਜਾਏ, ਉਹਦੀ ਰੋਟੀ ਦਾ ਬੰਦੋਬਸਤ ਹੋ ਜਾਏ। ਮੇਰੇ ਘਰੋਂ ਤਾਂ ਕੁੱਤੇ ਖਾ ਖਾ ਕੇ ਨਿਕਲਦੇ ਆ, ਇਹ 7 ਜਨਮਾਂ ਤੱਕ ਵੀ ਖਾਈ ਜਾਏ ਤਾਂ ਵੀ ਰੋਟੀ ਚੱਲਦੀ ਰਹੇਗੀ ਇਹਦੀ। ਮੈਂ ਸਾਰੀ ਉਮਰ ਫੌਜ 'ਚ ਨੌਕਰੀ ਕੀਤੀ ਹੈ, ਸ਼ਹੀਦ ਜਵਾਨਾਂ ਦੀਆਂ ਬੀਵੀਆਂ ਮੁੜ ਵਿਆਹ ਨਹੀਂ ਕਰਾਉਂਦੀਆਂ, ਬਲਕਿ ਉਹਨਾਂ ਦੀ ਯਾਦ 'ਚ ਜ਼ਿੰਦਗੀ ਗੁਜ਼ਾਰ ਦਿੰਦੀਆਂ ਨੇ, ਇੱਕ ਮਾਮੂਲੀ ਪੈਨਸ਼ਨ 'ਤੇ ਗੁਜ਼ਾਰਾ ਕਰਦੀਆਂ ਨੇ ਉਹ। ਫਿਰ ਪਰਮੀਤ ਕੋਲ ਤਾਂ ਸਭ ਕੁਝ ਹੈ, ਸਾਡਾ ਪੁੱਤ ਚਲਾ ਗਿਆ ਪਰ ਅਸੀਂ ਤਾਂ ਉਹ ਸਾਰੇ ਉਹਦੇ ਨਾਲ ਹਾਂ, ਮੇਰੇ ਜਿਉਂਦੇ ਜੀ ਉਹ ਇਸ ਘਰ ਦੀ ਦੇਹਲੀ ਨਹੀਂ ਟੱਪੇਗੀ, ਸਾਡੀ ਨੂੰਹ ਧੀ ਹੈ ਉਹ, ਕਿਸੇ ਬਗਾਨੇ ਘਰ 'ਚ ਸਾਡੀ ਇੱਜ਼ਤ ਜਾ ਕੇ ਰੁਲੇ ਮੈਂ ਕਦੀ ਬਰਦਾਸ਼ਤ ਨਹੀਂ ਕਰਾਂਗਾ। ਦਿਲਬਾਗ ਸਿੰਘ ਨੇ ਫੌਜੀ ਅਫਸਰਾਂ ਵਾਂਗ ਹੁਕਮ ਦਿੱਤਾ, ਸਰਦਾਰ ਜੀ ਸਰਦਾਰ ਜੀ। ਇੱਕ ਹੋਰ ਬੰਦਾ ਹੱਥ ਜੋੜ ਕੇ ਖੜਾ ਹੋਇਆ, ਸ਼ਟ ਅਪ ਐਂਡ ਗੈਟ ਆਊਟ। ਖਬਰਦਾਰ ਜੀ, ਅੱਜ ਤੋਂ ਬਾਅਦ ਕਿਸੇ ਨੇ ਇਸ ਗੱਲ ਦਾ ਜ਼ਿਕਰ ਵੀ ਕੀਤਾ ਤਾਂ ਮੈਂ ਉਹਨੂੰ ਗੋਲੀ ਮਾਰ ਦਿਆਂਗਾ। ਦਿਲਬਾਗ ਸਿੰਘ ਨੇ ਕੰਨ 'ਤੇ ਟੰਗੀ ਦੁਨਾਲੀ ਬੰਦੂਕ ਲਾਈ, ਚਾਰੇ ਪਾਸੇ ਸੁੰਨ ਅਤੇ ਚੁੱਪ ਫੈਲ ਗਈ। ਸਭ ਨੂੰ ਆਪਣੀ ਜਾਨ ਪਿਆਰੀ ਸੀ, ਸਭ ਸਿਰ ਝੁਕਾ ਕੇ ਬੈਠ ਗਏ ਜਿਵੇਂ ਸਭ ਦੀ ਜ਼ਬਾਨ ਨੂੰ ਕਾਠ ਮਾਰ ਗਿਆ ਹੋਵੇ। ਅਤੇ ਮੁੜ ਪਰਮੀਤ ਦੇ ਦੂਜੇ ਵਿਆਹ ਦੀ ਗੱਲ ਕਰਨ ਦੀ ਕਿਸੇ ਨੂੰ ਹਿੰਮਤ ਨਾ ਪਈ, ਉਹਦੇ ਪੇਕੇ ਵੀ ਅਸਲ 'ਚ ਇਹਦੇ ਖਿਲਾਫ ਸਨ। ਪੁਰਾਣੇ ਵਿਚਾਰਾਂ ਵਾਲਾ ਉਹਦਾ ਪਿਓ ਇਹ ਗੱਲ ਸੁਣਨ ਲਈ ਵੀ ਤਿਆਰ ਨਹੀਂ ਸੀ। ਧੀਏ ਜੇ ਤੇਰੇ ਭਾਗਾਂ 'ਚ ਸੁੱਖ ਹੁੰਦਾ ਤਾਂ ਪਹਿਲੇ ਤੋਂ ਹੀ ਮਿਲ ਜਾਣਾ ਸੀ, ਉਹਦੀ ਮਾਂ ਉਹਨੂੰ ਸਮਝਾਉਂਦੀ। ਕੋਈ ਨਹੀਂ, ਅਸੀਂ ਸਾਰੀ ਉਮਰ ਤੇਰਾ ਸਾਥ ਨਿਭਾਵਾਂਗੇ, ਉਹਦਾ ਵੱਡਾ ਭਰਾ ਉਹਦੇ ਸਿਰ 'ਤੇ ਹੱਥ ਰੱਖਦਾ। ਧੰਨਵਾਦ, ਚੱਲਦਾ।